ਗੜਸ਼ੰਕਰ ਤੋਂ ਕੋਟ ਫਤੂਹੀ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਤੇ ਪੈਂਦੇ ਪਿੰਡ ਐਮਾ ਮੁਗਲਾ ਪੁਲ ਤੇ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਨਹਿਰ ਵਿੱਚ ਡਿੱਗਣ ਕਰਕੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੱਤਾ ਇੰਟਰਪ੍ਰਾਈਜ਼ ਦੀ ਬੱਸ ਪੰਜੋੜੇ ਤੋਂ ਗੜਸ਼ੰਕਰ ਨੂੰ ਜਾ ਰਹੀ ਸੀ ਤਾਂ ਜਿੱਥੋਂ ਇਹ ਐਮਾ ਮੁਗਲ ਪੁਲ ਦੇ ਕੋਲ ਪੁੱਜੀ ਤਾਂ ਜ਼ਿਆਦਾ ਧੁੰਦ ਹੋਣ ਕਾਰਨ ਕਿਸੇ ਅਣਪਾਹੇ ਵਾਹਨ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਨਹਿਰ ਵਿੱਚ ਡਿੱਗ ਗਈ ਤੇ ਮੌਕੇ ਤੇ ਹਾਜ਼ਰ ਲੋਕਾਂ ਵੱਲੋਂ ਬੱਸ ਵਿੱਚੋਂ ਤਿੰਨ ਵਿਅਕਤੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਤੇ ਇਸ ਹਾਦਸੇ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ। ਐਕਸਰਸਮੈਂਟ ਸੀਗਾ ਸ਼ਾਮ ਸੁੰਦਰ ਦੱਤਾ, ਗੜਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ, ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸ ਦੀ ਦੋਨੋਂ ਬੱਸਾਂ ਸੀਗੀਆਂ, ਇੱਕ ਬੱਸ ਵਿੱਚੋਂ ਬੱਸਾਂ 'ਚ ਆਪਣੇ ਬੰਦੇ ਚੜਾਉਂਦਾ ਪਿਆ ਸੀ, ਉੱਧਰੋਂ ਦੂਜੇ ਪਾਸੋਂ ਇੱਕ ਬੱਸ ਆਈ, ਉਹਦੇ ਮੋਹਰੇ ਇੱਕ ਮੋਟਰਸਾਈਕਲ ਆਇਆ, ਪਤਾ ਨਹੀਂ ਕੀ ਆਇਆ, ਧੁੰਦ ਦੇ ਵਿੱਚ ਨਾ ਦੇਖਣ ਦੀ ਵਜ੍ਹਾ ਬ੍ਰੇਕ ਮਾਰੀ, ਬ੍ਰੇਕ ਦੇ ਨਾਲ ਹੀ ਇੱਧਰ ਨੂੰ ਬੱਸ ਨੇ ਜ਼ੋਰ ਮਾਰਿਆ ਅਤੇ ਇੰਨਾ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ, ਕੰਡਕਟਰ ਸੀਗਾ, ਇੱਕ ਬੱਚਾ ਸੀਗਾ, ਹੋਰ ਬਹੁਤੇ ਸਵਾਰੀਆਂ ਹੈ ਨਹੀਂ ਸੀਗੀਆਂ, ਬਚਾਅ ਹੋ ਗਿਆ ਅਤੇ ਕੁੜੀ ਦੇ ਵੀ ਸੱਟ ਲੱਗੀ ਆ ਅਤੇ ਡਰਾਈਵਰ 'ਤੇ ਕੋਈ ਬਹੁਤੀ ਸੱਟ ਨਹੀਂ ਲੱਗੀ ਅਤੇ ਜਿਹੜਾ ਬੱਚਾ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦਾ ਪਤਾ ਨਹੀਂ, ਹੁਣ ਉੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ ਚਾਲ ਉਹਦਾ, ਅਤੇ ਫਿਰ ਵੀ ਬਚਾਅ ਹੋ ਗਿਆ, ਬਹੁਤਾ ਕੋਈ ਨੁਕਸਾਨ ਨਹੀਂ ਹੋਇਆ। ਨਹਿਰ ਦੇ ਵਿੱਚ, ਨਹਿਰ ਵਿੱਚ ਰੁੜ ਗਈ। ਵੇਖੋ ਜੀ, ਤਕਰੀਬਨ ਸੁਬਹਾ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ, ਇਹ ਕੋਟ ਫਤੂਹੀ ਤੋਂ ਇੱਧਰ ਨੂੰ ਗੜਸ਼ੰਕਰ ਨੂੰ ਜਾ ਰਹੀ ਸੀ। ਜਦ ਇਹ ਐਮ ਐਮ ਮੁਗਲਾਂ ਲਾਗੇ ਪੁੱਜੀ ਅਤੇ ਉਹਦੇ ਅੱਗੇ ਇੱਕ ਯਕਦਮ ਇੱਕ ਮੋਟਰਸਾਈਕਲ ਆਇਆ, ਉਹਨੂੰ ਬਚਾਉਂਦਿਆਂ ਬਚਾਉਂਦਿਆਂ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ, ਅਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗਾ, ਇੱਕ ਸਵਾਰੀ ਉਹਦੇ ਸਵਾਰ ਸੀਗੀ ਅਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ, ਆ ਗਈਆਂ ਲੱਗੀਆਂ ਐਕਸੀਡੈਂਟ ਦੌਰਾਨ, ਅਤੇ ਉਹਨੂੰ ਗੜਸ਼ੰਕਰ ਹੋਸਪਿਟਲ ਐਡਮਿਟ ਕਰਾਇਆ, ਬਾਕੀ ਸਾਰਾ ਠੀਕ ਠਾਕ ਹੈ ਜੀ। ਅਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਰਹੇ ਨਹਿਰ ਦੇ ਵਿੱਚੋਂ, ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ, ਜਿਹੜਾ ਕਿਤਨੇ ਦਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ, ਇੱਕ ਨਹੀਂ ਨਹੀਂ ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ, ਉਹ ਵੀ ਕਨੈਕਟਰ ਹੀ ਕਰਦੀ ਹੈ, ਉਹਦੇ ਵੀ ਮਾਮੂਲੀ ਸੱਟਾਂ ਲੱਗੀਆਂ। ਕਾਰਵਾਈ ਵੇਖੋ ਜੀ, ਇਹ ਕੁਦਰਤੀ ਹਾਦਸਾ ਹੋਇਆ, ਇਹ ਤਾਂ ਮੋਟਰਸਾਈਕਲ ਨੂੰ ਬਚਾਉਂਦਾ ਬਚਾਉਂਦਾ ਹੋ ਰਿਹਾ ਹਾਦਸਾ। ਹਾਂ, ਬੱਸ ਕਢਵਾਈ ਜਾ ਰਹੀ ਹੈ, ਉਹ ਮੰਗਾਈ ਹੈ, ਹਾਡਲਾ ਮੰਗਾਇਆ, ਉਹਦੇ ਨਾਲ ਬੱਸ ਕਢਵਾਈ ਜਾ ਰਹੀ।